ਗੁਰਦਾਸਪੁਰ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਸੁਖਜਿੰਦਰ ਸਿੰਘ ਰੰਧਾਵਾ ਜੋ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸਨ ਉਹਨਾਂ ਨੇ ਜਿੱਤ ਦਰਜ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ 355,336 ਵੋਟਾਂ ਪਈਆਂ ਨੇ ਅਤੇ 83,786 ਤੋਂ ਵੱਧ ਦੀ ਲੀਡ ਨਾਲ ਉਹਨਾਂ ਨੇ ਜਿੱਤ ਦਰਜ ਕੀਤੀ ਹੈ ਅਤੇ ਉਹਨਾਂ ਨੇ BJP ਦੇ ਦਿਨੇਸ਼ ਸਿੰਘ ਬੱਬੂ ਨੂੰ ਹਰਾਇਆ। ਤੁਹਾਨੂੰ ਦੱਸ ਦਈਏ ਕਿ ਦਿਨੇਸ਼ ਸਿੰਘ ਬੱਬੂ ਦੂਜੇ ਨੰਬਰ 'ਤੇ ਰਹੇ, ਉਹਨਾਂ ਨੂੰ 271,550 ਵੋਟਾਂ ਪਈਆਂ ਅਤੇ ਉਹ 83,786 ਵੋਟਾਂ ਤੋਂ ਸੁਖਜਿੰਦਰ ਸਿੰਘ ਰੰਧਾਵਾ ਤੋਂ ਪਿੱਛੇ ਰਹੇ। ਤੀਜੇ ਨੰਬਰ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਰਹੇ, ਜਿਨ੍ਹਾਂ ਨੂੰ ਸ਼ਹਿਰੀ ਕਲਸੀ ਵੀ ਕਿਹਾ ਜਾਂਦਾ। ਤੁਹਾਨੂੰ ਦੱਸ ਦਈਏ ਕਿ ਅਮਨ ਸ਼ੇਰ ਸਿੰਘ ਨੂੰ 270,429 ਵੋਟਾਂ ਪਈਆਂ ਅਤੇ ਉਹ 84,907 ਵੋਟਾਂ ਨਾਲ ਹਾਰ ਗਏ। ਅਤੇ ਚੌਥੇ ਨੰਬਰ 'ਤੇ ਅਕਾਲੀ ਦਲ ਰਹੀ, ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਚੌਥੇ ਨੰਬਰ 'ਤੇ ਰਹੇ। ਤੁਹਾਨੂੰ ਦੱਸ ਦਈਏ ਕਿ ਡਾਕਟਰ ਦਲਜੀਤ ਸਿੰਘ ਚੀਮਾ ਰੋਪੜ ਵਿਧਾਨ ਸਭਾ ਸੀਟ ਤੋਂ MLA ਵੀ ਰਹੇ ਅਤੇ ਉਸ ਟਾਈਮ ਉਹ ਸਿੱਖਿਆ ਮੰਤਰੀ ਵੀ ਰਹੇ, ਪਰ ਹੁਣ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਸੀ ਅਤੇ ਉਹ ਇਸ ਵਾਰ ਚੌਥੇ ਨੰਬਰ 'ਤੇ ਰਹਿਣ। ਤੋਂ ਦੱਸ ਦੀ ਕਿ ਉਹਨਾਂ ਨੂੰ ਸਿਰਫ 84,062 ਵੋਟਾਂ ਪਈਆਂ ਨੇ ਅਤੇ 271,274 ਵੋਟਾਂ ਨਾਲ ਉਹ ਜਿੱਤ ਤੋਂ ਪਿੱਛੇ ਰਹੇ। ਅਤੇ ਅਖੀਰ ਵਿੱਚ ਤੁਹਾਨੂੰ ਜੇਕਰ ਦੱਸ ਦਈਏ ਤਾਂ ਅਕਾਲੀ ਦਲ ਰਹੀ ਅਤੇ ਦੂਜੇ ਨੰਬਰ 'ਤੇ BJP ਰਹੀ, ਆਮ ਆਦਮੀ ਪਾਰਟੀ ਤੀਜੇ ਨੰਬਰ 'ਤੇ ਸਿਮਟ ਕੇ ਰਹਿ ਗਈ ਅਤੇ ਸਭ ਤੋਂ ਉੱਪਰ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਸਾਨੂੰ ਪੀਸਫੁਲ ਰਹਿਣਾ ਨਹੀਂ ਚਾਹੁੰਦੇ, ਅਸੀਂ ਐਕਸਟ੍ਰੈਸ਼ਨ ਨਹੀਂ ਦੇਣਾ ਚਾਹੁੰਦੇ, ਅਸੀਂ ਪਾਕਿਸਤਾਨ ਦੀ ਹਰ ਗੱਲ ਦਾ ਜਵਾਬ ਦੇਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਪੁਲਵਾਮਾ 'ਚ ਜਿਹੜਾ ਹਮਲਾ ਹੋਇਆ ਉਹਦੀ ਅਜੇ ਤੱਕ ਕਿਉਂ ਨਹੀਂ ਇਨਕੁਆਇਰੀ ਬਾਹਰ ਆਈ, ਉਹ ਜਿਹੜੇ ਜਵਾਨ ਸ਼ਹੀਦ ਹੋਏ ਨੇ ਉਹਨਾਂ ਬਾਰੇ ਅੱਜ ਤੱਕ ਪ੍ਰਧਾਨ ਮੰਤਰੀ ਸਾਹਿਬ ਕਿਉਂ ਨਹੀਂ ਬੋਲੇ, ਜਿਹੜੀ 400 ਕਿਲੋ RDX ਇੱਕ ਕਾਰ 'ਚੋਂ ਫੜੀ ਗਈ ਉਹਦੇ 'ਤੇ ਕਿਉਂ ਨਹੀਂ ਪ੍ਰਧਾਨ ਮੰਤਰੀ ਦੀ ਅੱਜ ਤੱਕ ਸਟੇਟਮੈਂਟ ਆਈ। ਜਿਹੜਾ ਇਹ ਕਿਹਾ ਕਿ ਮੰਗਲ ਸੂਤਰ ਖਤਰੇ 'ਚ ਆ, ਉਹ ਮੰਗਲ ਸੂਤਰ ਦੇ ਬਾਰੇ ਉਹ ਕਹਿੰਦੇ ਨੇ ਕਿ ਜਿਹੜੇ 40 ਜਵਾਨ ਸ਼ਹੀਦ ਹੋਏ ਉਹਨਾਂ ਬੇਟੀਆਂ ਦਾ ਜਿਹੜਾ ਮੰਗਲ ਸੂਤਰ ਆ ਉਹਦਾ ਜਵਾਬ ਦੇ ਦਿਆ ਗਿਆ। ਇਹ ਲੋਕਾਂ ਦੇ ਦਿਮਾਗ 'ਚ ਗੱਲਾਂ ਨੇ, ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਮੈਂਬਰ ਪਾਰਲੀਮੈਂਟ ਹੁੰਦਾ ਉਹ ਪੂਰੇ ਦੇਸ਼ ਦੀ, ਆਪਣੇ ਸਟੇਟ ਦੀ, ਆਪਣੇ ਜ਼ਿਲ੍ਹੇ ਦੀ ਗੱਲ ਕਰੇ ਜਿੱਥੋਂ MP ਬਣ ਕੇ ਗਿਆ। ਇਹ ਸਾਰੀ ਚੀਜ਼ਾਂ ਲੈ ਕੇ ਜਾਵਾਂਗੇ ਅਤੇ ਆਪਣਾ ਬਾਰਡਰ ਡਿਸਟ੍ਰਿਕਟ ਮੈਂ ਪਛੜਿਆ ਤਾਂ ਨਹੀਂ ਕਹੂੰਗਾ, ਕਿਉਂਕਿ ਬਾਜਵਾ ਸਾਹਿਬ ਖੜ੍ਹੇ ਨੇ, ਪਾੜਾ ਸਾਹਿਬ ਖੜ੍ਹੇ ਨੇ, ਅਰੁਣਾ ਜੀ ਖੜ੍ਹੇ ਨੇ। ਅਸੀਂ ਆਪਣੇ ਇਲਾਕਿਆਂ ਦੇ ਵਿੱਚ ਇੰਨਾ ਜ਼ਿਆਦਾ ਕੰਮ ਕੀਤਾ ਕਿ ਕੋਈ ਗਲੀ, ਕੋਈ ਨਾਲੀ, ਕੋਈ ਰਾਸ਼ਨ ਕਾਰਡ, ਕੋਈ ਪੈਨਸ਼ਨ ਵਾਲਾ ਕਾਰਡ, ਇਹ ਚੀਜ਼ਾਂ 'ਚ ਅਸੀਂ ਕੋਈ ਕਸਰ ਨਹੀਂ ਛੱਡੀ। ਪਰ ਇਹ ਜ਼ਰੂਰ ਕਹਾਂਗੇ, ਬਾਜਵਾ ਸਾਹਿਬ ਨੇ ਉੱਥੇ ਬਟਾਲੇ ਬੋਲਦਿਆਂ, ਔਰ ਪਾੜਾ ਸਾਹਿਬ ਔਰ ਅਮਿਤ ਵਿਜ ਨੇ ਇਹਨਾਂ ਨੇ ਬੋਲਦਿਆਂ ਕਿਹਾ ਸੀ ਕਿ ਜੇ ਗੁਰਦਾਸਪੁਰ ਦੇ ਵਿੱਚ ਇੰਡਸਟਰੀ ਨਹੀਂ ਆਉਂਦੀ, ਇੱਥੇ ਇੰਪਲੋਇਮੈਂਟ ਜਿਹੜੀ ਆ ਉਹਨੂੰ ਨਹੀਂ ਅਸੀਂ ਦਿੰਦੇ, ਅਨਇੰਪਲੋਇਮੈਂਟ ਜਿਹੜੀ ਆ ਬਹੁਤ ਖਤਰਨਾਕ ਚਰਮ ਸੀਮਾ 'ਤੇ ਪਹੁੰਚ ਗਈ ਆ, ਤਾਂ ਉੱਥੇ ਜਾ ਕੇ ਲੜਾਈ ਕਰਕੇ ਉੱਥੋਂ ਲੈ ਕੇ ਇੱਕ ਜਿਹੜੀਆਂ ਹਿਲ ਸਟੇਟਸ ਨੇ ਜੋ ਉਹਨਾਂ ਨੂੰ ਕਨਸੈਸ਼ਨ ਦਿੱਤੇ ਗਏ ਨੇ ਉਹ ਬਾਰਡਰ ਦੇ ਉੱਤੇ ਮਿਲਣੇ ਚਾਹੀਦੇ ਆ, ਤਾਂ ਕਿ ਬਾਰਡਰ ਵਸੇ। ਬਾਰਡਰ ਵਸਣ ਦੇ ਨਾਲ ਆਹ ਜਿਹੜੇ ਬਾਹਰ ਮੁੰਡੇ ਆਪਣੇ ਦੌੜੀ ਜਾ ਰਹੇ ਨੇ ਉਹ ਵੀ ਰੁਕਣਗੇ, ਅਤੇ ਜਿਹੜਾ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਇਹ ਬੱਚੇ ਇਹੋ ਸਾਡੇ ਕੰਧ ਬਣ ਕੇ ਉਸ ਪਾਕਿਸਤਾਨ ਦੀ ਨਪਾਕ ਸਾਜਿਸ਼ ਨੂੰ ਬਿਲਕੁਲ ਕਾਮਯਾਬ ਨਹੀਂ। ਮੁੱਖ ਮੰਤਰੀ ਜਿਹੜੀ 13 ਜੀਰੋ ਦੀ ਗੱਲ ਕਰਦੇ ਸਨ, ਲੱਗਦਾ ਉਹਨੂੰ ਜਵਾਬ ਮਿਲ ਗਿਆ? ਦੇਖੋ, ਮੁੱਖ ਮੰਤਰੀ ਸਾਹਿਬ ਬਹੁਤ ਕੁਛ ਕਹਿ ਦਿੰਦੇ ਆ ਅਤੇ ਉਹਨੂੰ ਤਾਂ ਪਰਮਾਤਮਾ ਹੀ ਜਵਾਬ ਦੇ ਸਕਦਾ, ਉਹਨਾਂ ਨੂੰ ਸਮਰਥ ਬਖਸ਼ੇ ਪਰਮਾਤਮਾ, ਇਹ ਮੈਂ ਜ਼ਰੂਰ ਕਹੂੰਗਾ। ਜਵਾਬ ਦੇਣ 'ਚ ਜਿੱਦਾਂ ਦੇ ਉਹਨਾਂ ਦਾ ਬਿਹੇਵੀਅਰ ਆ, ਜਿਸ ਤਰੀਕੇ ਨਾਲ ਉਹ ਬਿਹੇਵ ਕਰਦੇ ਨੇ, ਮੇਰਾ ਖਿਆਲ ਕੋਈ ਚੀਫ ਮਿਨਿਸਟਰ ਨੂੰ ਸੋਬਰ ਹੋਣਾ ਚਾਹੀਦਾ। ਚੀਫ ਮਿਨਿਸਟਰ ਨੂੰ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ, ਚੀਫ ਮਿਨਿਸਟਰ ਨੂੰ ਸਟੇਜ ਔਰ ਸਟੇਟ ਚਲਾਉਣ 'ਚ ਫਰਕ ਸੁਣਨਾ ਚਾਹੀਦਾ।